ਬਗੈਰਤ ਹੈ ਜੇ ਕਿਸੇ ਝਾਤੀਆਂ ਮਾਰਦਾ ਰਿਹਾ ਮੈਨੂੰ ਵੀ ਪੈਦਾ ਹੁੰਦਾ ਵੇਖਿਆ ਉਹਨੂੰ ਵੀ ਵੇਖਿਆ।
ਇਹ ਸਾਡਾ ਵੱਡਾ ਭਰਾ ਵਾ ਵਾਲ ਸਾਹਿਬ ਕੰਮ ਤੇ ਨਾ ਜਾਣ, ਉਹਨਾਂ ਨੂੰ ਕੁੱਟਦਾ ਵੀ ਆ। ਭਰਾ ਮੇਰਾ ਮੈਨੂੰ ਲੱਗਦਾ ਤਿੰਨਾਂ ਦਾ ਹੀ ਸੜ ਗਏ। ਭਰਾ ਮੇਰਾ ਜੇ ਤੇਰਾ ਇਹਦੇ ਨਾਲ ਵਿਆਹ, ਉਹ ਜੇ ਤੇਰਾ ਇਹਦੇ ਨਾਲ ਵਿਆਹ ਹੋ ਗਿਆ ਨਾ ਭਰਾ ਮੇਰਿਆ, ਨਾ ਕੋਈ ਬੈਡ ਨਾ ਲਈ, ਇਹਨਾਂ ਨੂੰ ਕੋਈ ਪੱਕਾ ਥੜਾ ਬਣਾ ਕੇ ਦੇਣ, ਇਹਨੇ ਬੈਡ ਦੀ ਤਾਂ ਭੈਣ ਕੱਢ ਦੇਣੀਆਂ ਨੇ। ਇੰਟਰਵਿਊ ਕਰ ਲਾ ਪੂਰਾ, ਕਿਉਂਕਿ ਸਾਰੀ ਜ਼ਿੰਦਗੀ ਆਪਾਂ ਤਿੰਨਾਂ ਭਰਾਵਾਂ ਨੇ ਘਰ 'ਚ ਇਕੱਠਿਆਂ ਗੁਜ਼ਾਰਨੀ ਆ, ਤੇ ਭਰਜਾਈ ਨਾਲ ਜਿਹੜੀ ਵੀ ਗੱਲ ਅੱਜ ਪਹਿਲੇ ਦਿਨ ਸੱਜੀ ਸੱਜੀ ਕਰੀ, ਕਰੀ ਕਿਉਂਕਿ ਮੈਂ ਤੂੰ ਮੇਰੀ ਜੋਜਾ ਮਾਜਦਾ। ਓਏ ਜੋਜਾ ਮਾਜਦਾ ਨਹੀਂ, ਸਾਜਦਾ ਮਾਜਦਾ ਹੁੰਦਾ। ਮੈਂ ਤੇ ਲਫੜਾ ਮਾਰਦਾ ਮੂੰਹ ਤੇ, ਉਹ ਸਾਡੀ ਪਾਦ ਫੈਮਿਲੀ ਆ। ਪੁੱਛ ਲੈ ਯਾਰ, ਪੁੱਛ ਲੈ ਮਸਲਾ ਪਤਾ ਕੀ ਆ, ਉਹ ਥੋੜੀ ਜਿਹੀ ਪਾ ਜਾਂਦੀ ਮੈਨੂੰ ਹਟਾਵਾ, ਮੇਰਾ ਸਲੋਕ ਤੋੜਨ ਡਿਆ ਵਾ ਭਰਜਾਈ ਤੁਹਾਡੀ ਕੀ। ਮਸਲਾ ਪਤਾ ਕੀ ਆ, ਕੋਈ ਮਸਲਾ ਨਹੀਂ, ਪਿੱਛੇ ਹੋ ਕੇ ਗੱਲ ਕਰ, ਥੋੜੀ ਜਿਹੀ ਗੱਲ ਹੋ, ਮੈਂ ਜਲਦੀ ਕਰ ਲਾਂ ਕੋਈ ਭਰਾ ਮੇਰੇ ਕੋਲ ਕੋਈ ਇਸ ਤਰ੍ਹਾਂ ਬੇਸ਼ਰਮੀ ਹੁੰਦੀ ਆ, ਇਹਦਾ ਸਾਡਾ ਡੰਗ ਦੇਖ ਲਓ, ਉਹਨੇ ਕਹਿਣਾ ਪਤਾ ਨਹੀਂ ਜੈਨ ਹੈ ਹੀ ਇੰਜ ਦਾ। ਭਰਾ ਮੇਰੇ ਆ, ਤੂੰ ਵਿਆਹ ਨਾ ਕਰਾ, ਤੂੰ ਸਫੈਦੀ ਕਰਾ। ਮੇਰੀ ਗੱਲ ਸੁਣ, ਮੈਂ ਤੇਰੇ ਨਾਲ ਵਿਆਹ ਕਰਾਣਾ। ਹਾਂਜੀ, ਮੈਂ ਤੇਰੇ ਨਾਲ ਵਿਆਹ ਕਰਾਣਾ। ਵਜਾ ਕਰਾਈ। ਕਿਉਂ
ਝਾਲਰ ਵਾਲਾ ਹੀ ਯਾਰ ਕਿੱਡਾ ਕਿੱਡਾ ਘਟੀਆ ਆ ਅਮਾਨਾ ਇਹ ਸੀ ਜਿਵੇਂ ਕੋਈ ਰਸੋਲੀ ਵਧੀ ਆ ਭਰਾ ਮੇਰੇ ਆ ਲੱਤਾਂ 'ਚ ਧੂਣੀ ਦੇ ਤੇਰੀ ਲੱਤਾਂ 'ਚ ਖੱਖਰ ਲੱਗਾ ਜਲਦੀ ਕਰ ਲਾ ਮੇਰੇ ਭਰਾਵਾ ਜਾ ਅੰਦਰ ਨਾ ਧੋ ਲਾ ਪੁੱਛ ਲਾ ਹੁਣ ਇਹਨਾਂ ਨੂੰ ਬਾਤ ਭੇਜ ਦੇ ਚਲੋ ਬਈ ਮੈਂ ਤੇਰਾ ਵਿਆਹ ਨਹੀਂ ਕਰਾਣਾ ਠੀਕ ਆ ਬੀਬੀ ਜੀ ਉਹ ਪਾਗਰਾ ਭਜਾ ਦਿੱਤੀ ਉੱਪਰ ਜਾਈ ਨਿਕਲ ਗਈ ਇੱਥੋਂ ਤੇਰੇ ਵਾਲੀ ਮਾਰਕੀਟ ਗਈ ਆ ਆਉਣ ਵਾਲੀ ਆ ਮੇਰੇ ਵਾਲੀ ਅਜੇ ਆਉਣ ਵਾਲੀ ਆ ਤੇਰੇ ਵਾਲੀ ਮਾਰਕੀਟ ਆਉਣ ਵਾਲੀ ਆ ਜੇ ਉਹ ਮੇਰੇ ਵਾਲੀ ਸਾਦਾ ਭਰਾਵਾ ਆ ਤਾਂ ਰਿਜੈਕਟ ਹੋ ਗਈ ਹੁਣ ਮੈਂ ਆਪਣੇ ਵਾਲੀ ਲੈ ਰਿਜੈਕਟ ਨਹੀਂ ਹੋਈ ਅਸੀਂ ਹੋਏ ਰਿਜੈਕਟ ਓਏ ਅਸੀਂ ਵੀ ਤੇ ਡਾਉਣ ਤੁਸੀਂ ਸਾਰਿਆਂ ਨੇ ਇੱਕ ਦੂਜੇ ਨੂੰ ਦੇਣ ਵਾਸਤੇ ਰੱਖੀ